ਤੁਸੀਂ ਆਪਣਾ ਕੰਮ ਆਪਣੀ ਤੂੜੀ ਸੇਵ ਕਰ ਰਹੇ ਜੇ ਨਹੀਂ ਨਹੀਂ ਕਿਸੇ ਦੀ ਕਿਸੇ ਦੀ ਕਰ ਰਹੇ ਜੇ ਅੱਛਾ ਤੇ ਇਹਦੀ ਕੀ ਮਜ਼ਦੂਰੀ ਲੈਂਦੇ ਪਏ ਜੇ ਜਿੰਨੇ ਮਣ ਹੋਣਗੇ ਉਹਨੇ ਅੱਧੇ ਅੱਧੇ ਕਿਲੋ ਦੇ ਹਿਸਾਬ ਨਾਲ ਕਿਲੋ ਹਿਸਾਬ ਨਾਲ ਅੱਛਾ ਕਿਲੋ ਕਿੰਨੇ ਹਾਂਜੀ ਦਾਣੇ ਦਾਣੇ ਤੁਹਾਨੂੰ ਮਿਲਨੇ ਆ ਇਹ ਦਾਣਿਆਂ ਦੀ ਖਾਤਰ ਤੁਸੀਂ ਕਰਨ ਦੇ ਜੇ ਹਾਂਜੀ ਹਾਂਜੀ ਅੱਛਾ ਅੱਲਾਹ ਰਹਿਮਾਨ ਰਹੀਮ ਅੱਲਾ ਪਾਕ ਤੇਰਾ ਸ਼ੁਕਰ ਕਰਦੇ ਹਾਂ ਅੱਜ ਐਸੇ ਐਸੇ ਹੱਕਦਾਰ ਨਜ਼ਰ ਆਏ ਨੇ ਜਿਨ੍ਹਾਂ ਨੂੰ ਅੱਲਾ ਪਾਕ ਦੀ ਤਰਫੋਂ ਹੱਕ ਦਿੱਤਾ ਵਾ ਅਤੇ ਅਸੀਂ ਦੇਖ ਰਹੇ ਹਾਂ ਕਿ ਇੱਕ ਜਿਹੜਾ ਨਾ ਪਹਾੜ ਜਿਹਾ ਬਣਿਆ ਵਾ ਔਰ ਇਹ ਪਹਾੜ ਦਾ ਸਵਾਲ ਮੈਂ ਪਹਿਲੇ ਵੀ ਕੀਤਾ ਸੀ ਨਵਾਜ਼ ਸਾਹਿਬ ਨੂੰ ਕਿ ਸਫ਼ਰ 'ਚ ਜਾਂਦਿਆਂ ਜਾਂਦਿਆਂ ਕਿ ਨਵਾਜ਼ ਸਾਹਿਬ ਇਹ ਕਾਹਦੇ ਪਹਾੜ ਬਣੇ ਨੇ ਇਹ ਇਸ ਚੀਜ਼ ਦਾ ਮੈਨੂੰ ਵੀ ਕੋਈ ਨੌਲੇਜ ਨਹੀਂ ਸੀ ਅਤੇ ਫਿਰ ਨਵਾਜ਼ ਸਾਹਿਬ ਨੇ ਦੱਸਿਆ ਕਿ ਇਹਦੇ ਅੰਦਰ ਨਾ ਤੂੜੀ ਆ ਔਰ ਜ਼ਿੰਮੇਦਾਰਾਂ ਨੇ ਇਸ ਤੂੜੀ ਨੂੰ ਸੇਫ ਕਰਕੇ ਰੱਖਿਆ ਵਾ ਅਤੇ ਅੱਜ ਮੈਨੂੰ ਵੀ ਆਪਣੀਆਂ ਅੱਖਾਂ ਨਾਲ ਦੇਖਣ ਦਾ ਮੌਕਾ ਮਿਲਿਆ ਵਾ ਇੱਕ ਇਨਸਾਨ ਇੰਨੀ ਮਿਹਨਤ ਕਰ ਰਿਹਾ ਵਾ ਅਸੀਂ ਉਹਦੇ ਕੋਲ ਜਾ ਰਹੇ ਹਾਂ ਅਸਲਾਮ ਅਲੈਕਮ ਵਾਲੇਕੁਮ ਸਲਾਮ ਜੀ ਕੀ ਹਾਲ ਜੀ ਠੀਕ ਹੋ ਠੀਕ ਠਾਕ ਜੀ ਇਹ ਕੀ ਤੁਸੀਂ ਬਣਾ ਰਹੇ ਜੇ ਇਹ ਜੀ ਧਾੜ ਲਿਪਣ ਦੇ ਤੇ ਤੂੜੀ ਆ ਡੰਗਰਾਂ ਨੂੰ ਖਾਣ ਵਾਸਤੇ ਇਹਦੇ ਅੰਦਰ ਤੂੜੀ ਆ ਹਾਂਜੀ ਅੱਛਾ ਤੇ ਇਹ ਸਾਰਾ ਲਿਪ ਕੇ ਫਿਰ ਇਹਨੂੰ ਸੇਫ ਕਰੀਦਾ ਵਾ ਹਾਂਜੀ ਹਾਂਜੀ ਅੱਛਾ ਹਾਂਜੀ ਸਹੀ ਤੇ ਇਹ ਦਿਖਾਣਾ ਨਾ ਕਿ ਇਹਦੇ ਅੰਦਰ ਤੂੜੀ ਆ ਇਹਦੇ ਅੱਗੇ ਵੀ ਕੁਝ ਰੱਖਿਆ ਕੀ ਆ ਇਹ ਹੁਣ ਇਹ ਇਹਨੇ ਡੱਕ ਲੈਣਾ ਨਾ ਅੱਛਾ ਇਹਨਾਂ ਨੇ ਡੱਕ ਲੈਣਾ ਵਾ ਤੂੜੀ ਨੂੰ ਡੱਕ ਲੈਣਾ ਵਾ ਫਿਰ ਬਾਰਿਸ਼ ਨਹੀਂ ਪੈਣ ਦੇਣੀ ਅੱਛਾ 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 ਤੇ ਇਹ ਮਿੱਟੀ ਆ ਜਿਹਦੇ ਨਾਲ ਲੇਪ ਕਰਨ ਦੇ ਜੇ ਹਾਂਜੀ ਹਾਂਜੀ ਇਹਨੇ ਪਾਣੀ ਨਹੀਂ ਜਾਣ ਦੇਣਾ ਇਹਨੇ ਪਾਣੀ ਨਹੀਂ ਜਾਣ ਦੇਣਾ ਸਹੀ ਹੋ ਗਿਆ ਇਸ ਮਿੱਟੀ ਵਿੱਚ ਵੀ ਕੁਝ ਹੈ ਵਾ ਇਹਦੇ ਮਿੱਟੀ 'ਚ ਇਹ ਪਾਈ ਆ ਅੱਛਾ ਤੂੜੀ ਪਾਈ ਆ ਹਾਂਜੀ ਹਾਂਜੀ ਜਿਸ ਤੂੜੀ ਨੂੰ ਤੁਸੀਂ ਸੇਵ ਕਰਨ ਦੇ ਜੇ ਹਾਂਜੀ ਉਸੇ ਤੂੜੀ ਨਾਲ ਹੀ ਜਿਹੜਾ ਨਾ ਮਿੱਟੀ ਨੂੰ ਮਿਕਸ ਕਰਕੇ ਨਾ ਤੇ ਉਹਦੀ ਜਿਹੜੀ ਨਾ ਸੇਫਟੀ ਬਣਾਉਣ ਦੇ ਜੇ ਹਾਂਜੀ ਹਾਂਜੀ ਸਹੀ ਹੋ ਗਿਆ ਅੱਜ ਕੱਲ ਸੀਮਟ ਰੇਤ ਸਰੀਆ ਪਾ ਕੇ ਕੰਕਰੀਟ ਬਣਾਉਂਦੇ ਹਾਂਜੀ ਇਹ ਪਹਿਲੇ ਦੌਰ ਦਾ ਕੰਕਰੀਟ ਆ ਹਾਂਜੀ ਪਹਿਲੇ ਦੌਰ ਦਾ ਇਹਦੇ ਨਾਲ ਛਤੀਰੀ ਦੀਆਂ ਛੱਤਾਂ ਵੀ ਪੈਂਦੀਆਂ ਸੀ ਹਾਂ ਜਿਹੜੇ ਤੂੜੀ ਆ ਜਿਹੜਾ ਆ ਨਾ ਉੱਤੇ ਪਾਲੇ ਪਏ ਨੇ ਹਾਂ ਇਹਨੂੰ ਨਾੜ ਕਹਿੰਦੇ ਆ ਅੱਛਾ ਹਾਂਜੀ ਹਾਂਜੀ ਇਹ ਜੀ ਪਾਲੇ ਇਹ ਨਾੜ ਅੱਛਾ ਅੱਛਾ ਤੇ ਤੁਸੀਂ ਆਪਣਾ ਕੰਮ ਆਪਣੀ ਤੂੜੀ ਸੇਵ ਕਰ ਰਹੇ ਜੇ ਨਹੀਂ ਨਹੀਂ ਕਿਸੇ ਦੀ ਕਰ ਰਹੇ ਜੇ ਅੱਛਾ ਤੇ ਇਹਦੀ ਕੀ ਮਜ਼ਦੂਰੀ ਲੈਂਦੇ ਪਏ ਜੇ ਜਿੰਨੇ ਮਣ ਹੋਣਗੇ ਉਹਨੇ ਅੱਧੇ ਅੱਧੇ ਕਿਲੋ ਦੇ ਹਿਸਾਬ ਨਾਲ ਕਿਲੋ ਹਿਸਾਬ ਨਾਲ ਅੱਛਾ ਕਿਲੋ ਕਿੰਨੇ ਹਾਂਜੀ ਦਾਣੇ ਤੁਹਾਨੂੰ ਮਿਲਨੇ ਆ ਇਹ ਦਾਣਿਆਂ ਦੀ ਖਾਤਰ ਤੁਸੀਂ ਕਰਨ ਦੇ ਜੇ ਹਾਂਜੀ ਹਾਂਜੀ ਅੱਛਾ ਤੇ ਇਹ ਕਿੰਨੇ ਘੰਟੇ ਚ ਬਣ ਜਾਂਦੀ ਆ ਇਹ ਧੜ ਕਿੰਨੇ ਘੰਟੇ ਚ ਬਣ ਜਾਂਦਾ ਇਹ 2 ਕੁ ਘੰਟਿਆਂ ਚ ਡੇਢ ਚ ਬਣ ਜਾਂਦੀ ਆ ਅੱਛਾ ਬਣਾਓ ਤੇ ਜ਼ਰਾ ਮੈਂ ਦੇਖਾਂ ਬਣਾਓ ਜ਼ਰਾ ਚੱਲ ਬਈ ਅੱਛਾ ਆ ਪਾਏ ਜੇ ਮਿੱਟੀ ਉੱਪਰ ਹਾਂ ਇਸ ਤਰ੍ਹਾਂ ਸਹੀ ਹੋ ਗਿਆ ਉਹ ਉਧਰ ਉਹਦੀ ਉਹ ਮਿੱਟੀ ਨੂੰ ਮਿਕਸ ਕੀਤਾ ਜੇ ਉਧਰੋਂ ਲਿਆ ਕੇ ਹਾਂਜੀ ਹਾਂਜੀ ਲਿਆ ਹੈਲੋ ਜੀ ਇਸ ਤਰ੍ਹਾਂ ਬਣਦੀ ਜੇ ਹਾਂਜੀ ਆਹ ਦੇਖੋ ਜੀ ਉਹ ਬੱਚਾ ਜਿਹੜਾ ਨਾ ਨਾਲ ਮਿਹਨਤ ਕਰਨ ਦਿਆ ਬੇਟਾ ਕਿਹਦਾ ਹੈ ਆਪਣਾ ਹੀ ਆ ਤੇ ਬੇਟਾ ਵੀ ਨਾਲ ਬਾਪ ਨਾਲ ਮਿਹਨਤ ਕਰਨ ਦਿਆ ਵਾ ਮਿੱਟੀ ਦੇ ਨਾਲ ਮਿੱਟੀ 'ਚ ਮਿਲ ਕੇ ਕੰਮ ਕਰਨਾ ਬੜਾ ਮੁਸ਼ਕਲ ਕੰਮ ਹੈ ਦੇਖੋ ਕਿ ਮਿੱਟੀ 'ਚ ਹੀ ਉੱਭਗੇ ਨੇ ਅਤੇ ਮਿੱਟੀ ਦਾ ਕੰਮ ਕਰਨ ਦੇ ਨੇ ਉਹ ਪਈ ਜੀ ਬਾਲਟੀ ਇਹ ਪਈ ਬਾਲਟੀ ਸਹੀ ਹੋ ਗਿਆ ਜੀ ਦੇਖੋ ਜੀ ਦੇਖੋ ਕਿੰਨੀ ਮਿਹਨਤ ਦਾ ਕੰਮ ਆ ਕੋਈ ਆਸਾਨ ਕੰਮ ਨਹੀਂ ਹੈ ਕਿ ਆਪਣੇ ਆਪ ਨੂੰ ਮਿੱਟੀ ਦੇ ਵਿੱਚ ਕਰਕੇ ਅਤੇ ਫਿਰ ਜਿਹੜਾ ਨਾ ਮਿਹਨਤ ਕਰਨ ਦੇ ਨੇ ਇਹਨੂੰ ਕਹਿੰਦੇ ਨੇ ਮਿੱਟੀ ਦੇ ਨਾਲ ਮਿਲ ਜਾਣਾ ਅਤੇ ਕਿੰਨੇ ਬੱਚੇ ਤੁਹਾਡੇ ਬੱਚੇ ਆ 4 ਅੱਛਾ ਕਰਦੇ ਜਾਓ ਨਾਲ ਨਾਲ ਕੰਮ ਕਰਦੇ ਜਾਓ ਬੱਚੇ 4 ਮਾਸ਼ਾ ਅੱਲਾ ਬੜੇ ਨੇ ਘਰ ਦਾ ਸਿਸਟਮ ਸਹੀ ਚੱਲ ਰਿਹਾ ਬਸ ਸਹੀ ਚੱਲ ਰਿਹਾ ਅੱਲਾ ਦਾ ਸ਼ੁਕਰ ਆ ਅੱਲਾ ਦਾ ਸ਼ੁਕਰ ਆ ਦੇਖੋ ਮਿਹਨਤ ਕਰਨ ਵਾਲਾ ਇਨਸਾਨ ਅੱਲਾ ਪਾਕ ਦਾ ਕਿੰਨਾ ਸ਼ੁਕਰ ਅਦਾ ਕਰਦਾ ਵਾ ਉਹ ਵੀ ਲੋਕ ਹੈ ਨੇ ਜਿਨ੍ਹਾਂ ਨੂੰ ਅੱਲਾ ਪਾਕ ਨੇ ਬਹੁਤ ਦਿੱਤਾ ਵਾ ਅਤੇ ਫਿਰ ਵੀ ਉਹਨਾਂ ਦੇ ਜ਼ਬਾਨ 'ਤੇ ਗਿਲੇ ਸ਼ਿਕਵੇ ਹੁੰਦੇ ਨੇ ਹਾਂਜੀ ਹੈ ਅਤੇ ਇਹ ਦੇਖੋ ਕਿ ਇਨਸਾਨ ਮਿਹਨਤ ਕਰਨ ਵਾਲਾ ਕਿੰਨਾ ਰੱਬ ਦਾ ਸ਼ੁਕਰ ਅਦਾ ਕਰਦਾ ਵਾ ਅੱਛਾ ਸਿਹਾੜ ਕਿਹਨੂੰ ਕਹਿੰਦੇ ਆ ਸਿਹਾੜ ਉਹ ਟਰੈਕਟਰ ਨੇ ਨਾ ਉਹ ਮਾਰਨੇ ਨੇ ਅੱਛਾ ਅਤੇ ਉਹ ਫਿਰ ਉਹ ਇਹੋ ਕੁਛ ਬਣ ਜਾਣਾ ਆ ਫਿਰ ਪਾਣੀ ਛੱਡਣਾ ਪਾਣੀ ਛੱਡ ਕੇ ਉਹਨੂੰ ਬਣਾ ਕੇ ਫਿਰ ਥਾਲੀਆਂ ਨਾਲ ਸੁੱਟਣਾ ਉੱਤੇ ਅੱਛਾ ਇਹਨੂੰ ਧੜ ਕਹਿੰਦੇ ਕਿ ਪੇੜ ਕਹਿੰਦੇ ਹੋ ਧੜ ਧੜ ਹਾਂਜੀ ਅੱਛਾ ਧੜ ਵਾ ਤੰਗਲੀ ਕਿਹੜੀ ਹੁੰਦੀ ਆ ਤਲੰਗੜੀ ਤਲੰਗੜੀ ਉਹ ਆ ਇਹ ਤਲੰਗੀ ਆ ਜਾਂ ਤੰਗਲੀ ਆ ਇਹਨੂੰ ਕੀ ਕਹਿੰਦਾ ਦੇਖੋ ਇਹਨੂੰ ਕੀ ਤਲੰਗੀ ਹਾਂਜੀ ਹਾਂ ਹਾਂ ਕੀ ਕਹਿੰਦਾ ਇਹ ਤਲੰਗੜੀ ਹੁੰਦੀ ਆ ਤਲੰਗੜੀ ਤਲੰਗੜੀ ਇਹਨੂੰ ਕੀ ਕਹਿੰਦਾ ਇਹਨੇ ਤੂੜੀ ਇਕੱਠੀ ਕਰਕੇ ਤੇ ਬਣਾਉਣੀ ਆ ਢੇਰੀ ਅੱਛਾ ਜਿਸ ਤਰ੍ਹਾਂ ਆ ਦੇਖੋ ਮੈਂ ਕਰਨ ਲੱਗੀ ਆ ਇਕੱਠੀ ਆਹ ਅੱਛਾ ਇਹ ਆ ਪਕੜੇ
देखो जी बिस्मिल्ला करके रिजक की खातर लगे जी ना मेहनत करन ते रिजक अल्लाह पाक ने भेज दिता ए दालां चावल चीनी घी सब कुछ है हाँ 20 किलो आटे का थैला आ गया ऐस तूड़ी चो आटा निकलता है ऐस तूड़ी चो अल्लाह पाक पता नहीं की कटदा जे ए देखो माशाल्लाह तुहाडे वास्ते फ्रूट भी आ है हाँ बच्चों वास्ते लैके जाना हूँ तुहाडे हाथ से जड़े ना वो अपना सही नहीं तो ए 10,000 जी अल्लाह पाक दी तरफों हाँ जी ए लो जी ए ताड़े जेब च चले गए हाँ जी कौन दे कौन दे हो ये लगा दिया कि मैं पाया कि नहीं ज़ुल्फ़कार अली आलम साहब साडे भाई है बहुत प्यारे भाई है बहुत दूर बैठे ने उथों साडे पाकिस्तानियों वास्ते भेजदे पे उन्हां वास्ते भेजदे जिहड़े हकदार ने उन्हां वास्ते जरूर दुआ करना कि अल्लाह पाक उन्हां नूं सेहत जिंदगी तंदुरुस्ती च रखे इस तरह के काम अल्लाह पाक उन्हां नूं होर हिम्मत दे ਕਿ ਉਸਨੇ ਕੰਮ ਕਰਨ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਦੁਆ ਕਰੋ ਨਾ ਮਾਸਟਰ ਜੀ ਕਿ ਅੱਲਾਹ ਪਾਕ ਤੁਹਾਨੂੰ ਤੰਦਰੁਸਤੀ ਦੇਈ ਜ਼ਿੰਦਗੀ ਦੇਈ ਅੱਲਾਹ ਪਾਕ ਜਿਹੜੇ ਲੋਕ ਰਾਹੇ ਹੁਸੈਨ ਦੇ ਪੇਟ ਫਰਦ ਦੇ ਨਾਲ ਸ਼ਾਇਦ ਰੜੇ ਨੇ ਸਮਝਣਾ ਅੱਲਾਹ ਪਾਕ ਉਹਨਾਂ ਦਾ ਕਬੂਲ ਕਰੇ ਆਮੀਨ ਆਮੀਨ ਅੱਛਾ ਮੇਰੇ ਪਿੱਛੇ ਪਿੱਛੇ ਤੁਸੀਂ ਬੋਲਣਾ ਵਾ ਹਾਂਜੀ ਹਾਂਜੀ ਠੀਕ ਹੈ ਨਾ ਮੇਰੇ ਪਿੱਛੇ ਪਿੱਛੇ ਬੋਲੋਗੇ ਨਾ ਬਿਲਕੁਲ ਜੀ ਰਾਹੇ ਇਨਸਾਨੀ ਚੈਨਲ ਨੂੰ ਲਾਈਕ ਕਰੇ ਨਹੀਂ ਆਇਆ ਪੈਸੇ ਨਹੀਂ ਸੋਕੇ ਹਾਂ ਹਾਂ ਕਹਿ ਹੂੰ राहे इंसानियत इंसानियत नू लाइक करे शेयर करे सब्सक्राइब करे और बेल आइकन पे क्लिक करे बेल आइकन पे क्लिक कर हाँ क्लिक करें अच्छा क्लिक करें हाँ जी बहुत शुक्रिया जी।